ਤਾਂ ਵਧੀਆ ਲੱਗਾ ਐਗਰੀਜ਼ੋਨ ਵਾਲਿਆਂ ਦਾ, ਇਹਨਾਂ ਦੀਆਂ ਜਿਹੜੀਆਂ ਤਿੰਨ ਚਾਰ ਚੀਜ਼ਾਂ ਨੇ ਉਹ ਫਾਰਮਰ ਦੇ ਪੱਖ ਦੇ ਵਿੱਚ ਆ ਨਾ, ਸਪੋਰਟ ਦੇ ਵਿੱਚ ਆ। ਪਹਿਲੇ ਤਾਂ ਇਹ ਹੈ ਜਿਵੇਂ ਇਹਨਾਂ ਦੀ ਸਭ ਤੋਂ ਵਧੀਆ ਗੱਲ ਹੈ, ਕਿਉਂਕਿ ਅੱਜ ਕੱਲ੍ਹ ਜਿਹੜੇ ਪ੍ਰੋਡਕਟ ਦੇ ਨਾਲ ਉਹ ਸਰਵਿਸ ਜ਼ਿਆਦਾ ਅਹਿਮੀਅਤ ਰੱਖਦੀ ਆ ਨਾ, ਤਾਂ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਪੁਆਇੰਟ ਲੱਗਿਆ ਇਹ ਨਾ, ਖੇਤਾਂ ਦੇ ਵਿੱਚ ਜਾ ਕੇ ਸਰਵਿਸ ਦਿੰਦੇ ਆ। ਜੇ ਕੋਈ ਪ੍ਰੋਬਲਮ ਆਉਂਦੀ ਹੈ ਗੇਅਰ ਦੀ ਜਾਂ ਕਿਸੇ ਬਾਕਸ ਦੀ ਹੈ ਨਾ, ਤਾਂ ਵੀ ਇਹ ਖੇਤਾਂ ਦੇ ਵਿੱਚ ਜਾ ਕੇ ਇਹਨਾਂ ਦਾ ਕਹਿਣਾ ਵੀ ਅਸੀਂ ਸਰਵਿਸ ਦਿੰਦੇ ਹਾਂ, ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ ਤੁਹਾਡੇ ਖੇਤ ਦੇ ਵਿੱਚ। ਦੂਜੀ ਗੱਲ ਇਹ ਆ ਵੀ ਜਿਹੜਾ ਹੈਗਾ ਮਤਲਬ 2 ਸਾਲ ਦੀ ਵਾਰੰਟੀ ਦਿੰਦੇ ਆ ਹੈ ਨਾ, ਤਾਂ ਬਾਕੀ ਦੂਜਾ ਇਹ ਆ ਵੀ ਐਗਰੀਜ਼ੋਨ ਆ ਜਿਹੜਾ ਕੋਈ ਦੇਖੀ ਪਰਖੀ ਕੰਪਨੀ ਹੈ, ਕੋਈ ਨੋਰਮਲ ਨਹੀਂ ਜਾਂ ਨਵਾਂ ਨਹੀਂ ਹੈ ਨਾ, ਪਟਿਆਲੇ ਤੋਂ ਆਪਾਂ ਇਹਨਾਂ ਦਾ ਮੈਨੂਫੈਕਚਰਰ ਯੂਨਿਟ ਆ ਜਿਹੜਾ, ਤਾਂ ਵਧੀਆ ਲੱਗਿਆ ਬਾਈਆਂ ਨੂੰ ਮਿਲ ਕੇ। ਆਪਾਂ ਇਹ ਚਾਹੁੰਦੇ ਹਾਂ ਵੀ ਸਾਰੇ ਫਾਰਮਰਾਂ ਨੂੰ ਇਹ 2-3 ਚੀਜ਼ਾਂ ਨੋਟ ਕਰ ਲੈਣੀ ਚਾਹੀਦਾ, ਪਹਿਲਾਂ ਕੰਪਨੀ ਦਾ ਬੇਸ ਕੀ ਆ ਵੀ ਕੰਪਨੀ ਕਦੋਂ ਦੀ ਚੱਲੀ ਹੈਗੀ, ਦੂਜਾ ਇਹ ਆ ਵੀ ਕੰਪਨੀ ਦੀ ਸਰਵਿਸ ਕੀ ਹੈ, ਕਿ ਤੀਜੀ ਕੰਪਨੀ ਦੀ ਫੈਸਿਲਿਟੀ ਕੀ ਹੈ। ਇਹ ਸਾਰੀਆਂ ਚੀਜ਼ਾਂ ਜੇ ਆਪਾਂ ਮਤਲਬ ਦੇਖਾਂਗੇ, ਦੇਖ ਕੇ ਫਿਰ ਆਪਾਂ ਨੂੰ ਉਹ ਚੀਜ਼ ਦਾ ਜਿਹੜਾ ਆਪਾਂ ਨੂੰ ਪ੍ਰੋਡਕਟ ਲੈਣਾ ਚਾਹੀਦਾ। ਹਾਂਜੀ, ਪਟਿਆਲੇ ਤੋਂ ਬਣਦੇ ਇਹਨਾਂ ਦੀ, ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ। ਅੱਛਾ ਜੀ। ਹਾਂ, ਖੇਤ ਦੇ ਵਿੱਚ ਸਰਵਿਸ ਦਿੰਦੇ ਨੇ ਸਾਰੀ। ਹਾਂਜੀ। ਅਤੇ 2 ਸਰਵਿਸਾਂ ਇਹਨਾਂ ਫ੍ਰੀ ਹੈਗੀਆਂ ਨੇ, ਬਾਕੀ ਬਹੁਤ ਵਧੀਆ ਹੈਗਾ ਜੀ। ਠੀਕ ਆ, ਕੰਪਨੀ ਨਹੀਂ ਮਾੜੀ ਹੈਗੀ ਇਹ, ਅਸੀਂ ਬਹੁਤ ਚੰਗੀ ਕਰਦੇ ਹਾਂ। ਇੱਕ ਤਾਂ ਜੀ ਸਾਨੂੰ ਐਂ ਲੱਗਦਾ ਵੀ ਇਹ ਜੀ ਵਧੀਆ ਵੀ ਸਾਰੇ ਕੰਮ ਹੀ ਕਰਦੇ ਇਕੱਠੇ, ਅਤੇ ਦੂਜੀ ਗੱਲ ਐਂ ਵੀ ਖੋਲ੍ਹ ਕੇ ਰੂਟਾਵੀਟਰ ਸਾਰੇ ਕੰਮ ਹੀ ਆ ਜਾਂਦਾ, ਦੂਜੇ ਸੰਦਾਂ ਤੋਂ ਬਚਤ ਹੋ ਜਾਂਦੀ ਹੈ, ਵੀ ਇਸ ਕਾਰਨ ਅਸੀਂ ਦੇਖਣਾ ਹੈ ਵੀ ਸਾਡੇ ਜੀ ਸਕੀਮ ਬਣ ਗਈ ਤਾਂ ਲੈ ਲਾਂਗੇ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਮਾਨਸਾ ਜ਼ਿਲ੍ਹੇ ਦੇ ਅਨਾਜ ਮੰਡੀ ਵਿੱਚ ਕਿਸਾਨ ਮੇਲੇ 'ਤੇ ਪਹੁੰਚੇ ਹਾਂ। ਅੱਜ 12 ਅਕਤੂਬਰ 2022 ਨੂੰ ਇਹ ਕਿਸਾਨ ਮੇਲਾ ਬੜੀ ਧੂਮਧਾਮ ਨਾਲ ਇੱਥੇ ਲੱਗਿਆ ਹੋਇਆ, ਬੜੇ ਹੀ ਕਿਸਾਨ ਇੱਥੇ ਪਹੁੰਚੇ ਹੋਏ। ਇਸ ਦੇ ਨਾਲ ਹੀ ਆਪਾਂ ਦੇਖ ਰਹੇ ਹਾਂ ਕਿ ਇੱਥੇ ਬਹੁਤ ਹੀ ਕੰਪਨੀਆਂ ਸੁਪਰ ਸੀਡਰ ਪਏ ਨੇ, ਇੱਥੇ ਐਗਜੀਬਿਸ਼ਨ ਲੱਗੀ ਹੋਈ ਆ। ਆਪਾਂ ਇੱਥੇ ਦੇਖ ਰਹੇ ਹਾਂ ਕਿ ਐਗਰੀਜ਼ੋਨ ਦੇ ਸੁਪਰ ਸੀਡਰ ਐਗਰੀਜ਼ੋਨ ਕੰਪਨੀ ਵੱਲੋਂ ਇੱਥੇ ਜੋ ਕਿਸਾਨਾਂ ਲਈ ਸੰਦ ਬਣਾਏ ਜਾਂਦੇ ਨੇ, ਇੱਥੇ ਨਵੀਂ ਵੱਖਰੀ ਟੈਕਨੀਕ ਦੇ ਜੋ ਕਿ ਖੇਤੀਬਾੜੀ ਨੂੰ ਸੌਖਾ ਕਰਨ ਦਾ ਇੱਕ ਜ਼ਰੀਆ ਬਣਦੇ ਨੇ, ਇੱਥੇ ਐਗਜੀਬਿਸ਼ਨ ਲੱਗੀ ਹੋਈ ਹੈ ਐਗਰੀਜ਼ੋਨ ਕੰਪਨੀ ਦੇ ਸੁਪਰ ਸੀਡਰ। ਔਰ ਇੱਥੇ ਜੋ ਕਿ ਲੈਂਡ ਲੇਵਲਿੰਗ ਮਸ਼ੀਨ ਹੈ ਜੋ ਉਹ ਸਾਹਮਣੇ ਨਜ਼ਰ ਆ ਰਹੀ ਹੈ ਤੁਹਾਨੂੰ, ਤੁਸੀਂ ਦੇਖ ਸਕਦੇ ਹੋ। ਐਗਰੀਜ਼ੋਨ ਕੰਪਨੀ ਵੱਲੋਂ ਇੱਥੇ ਹੋਰ ਵੀ ਕਈ ਕਿਸਮ ਦੇ ਸੰਦ ਖੇਤੀਬਾੜੀ ਨਾਲ ਸੰਬੰਧਿਤ ਬਣਾਏ ਜਾਂਦੇ, ਅਤੇ ਪ੍ਰੀ ਟਰੈਕਟਰ ਦੀ ਵੀ ਐਗਜੀਬਿਸ਼ਨ ਨਾਲ ਲੱਗੀ ਹੋਈ ਹੈ। ਇੱਥੇ ਪ੍ਰੀ ਟਰੈਕਟਰ ਤੁਸੀਂ ਦੇਖ ਸਕਦੇ ਹੋ, ਇਹ ਬੜਾ ਦਮਦਾਰ ਟਰੈਕਟਰ ਹੈ, ਅਤੇ ਇਹ ਆਪਾਂ ਸਾਰੇ ਹੀ ਜਾਣਦੇ ਹਾਂ, ਪ੍ਰੀ ਟਰੈਕਟਰ ਨੂੰ ਅੱਜ ਸਾਰੇ ਹੀ ਅੱਛੀ ਤਰ੍ਹਾਂ ਜਾਣਦੇ ਨੇ ਕਿ ਬਹੁਤ ਵਧੀਆ ਤਰੀਕੇ ਦਾ ਇੱਕ ਖੇਤੀਬਾੜੀ ਲਈ ਬਹੁਤ ਵਧੀਆ ਸੰਦ ਹੈ। ਹਾਂਜੀ ਬਾਈ ਜੀ, ਤੁਹਾਡਾ ਕੀ ਨਾਮ ਹੈ ਜੀ? ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਸੁਪਰ ਸੀਡਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਤੁਹਾਨੂੰ ਕੀ ਇਹ 'ਚ ਖਾਸੀਅਤ ਲੱਗੀ ਜੋ ਅਸੀਂ ਇੱਥੋਂ ਖਰੀਦਣ ਲਈ ਤੁਸੀਂ ਜਾਂ ਖਰੀਦਣ ਦੀ ਸਲਾਹ ਬਣਾਈ ਹੈ, ਇਸ ਬਾਰੇ ਕੁਝ ਚਾਨਣਾ ਪਾਊਂਗਾ ਜੀ? ਇੱਕ ਤਾਂ ਜੀ ਸਾਨੂੰ ਐਂ ਲੱਗਦਾ ਵੀ ਇਹ ਜੀ ਵਧੀਆ ਵੀ ਸਾਰੇ ਕੰਮ ਹੀ ਕਰਦੇ ਇਕੱਠੇ, ਅਤੇ ਦੂਜੀ ਗੱਲ ਐਂ ਵੀ ਖੋਲ੍ਹ ਕੇ ਰੂਟਾਵੀਟਰ ਸਾਰੇ ਕੰਮ ਹੀ ਆ ਜਾਂਦਾ, ਦੂਜੇ ਸੰਦਾਂ ਤੋਂ ਬਚਤ ਹੋ ਜਾਂਦੀ ਹੈ, ਵੀ ਇਸ ਕਾਰਨ ਅਸੀਂ ਦੇਖਣਾ ਹੈ ਵੀ ਸਾਡੇ ਜੀ ਸਕੀਮ ਬਣ ਗਈ ਤਾਂ ਲੈ ਲਾਂਗੇ। ਠੀਕ ਹੈ ਜੀ। ਹਾਂਜੀ, ਤੁਸੀਂ ਕਿੱਥੋਂ ਜੀ? ਅਸੀਂ ਵੀ ਖਾਰੇ ਬਰਨਾਲੇ ਤੋਂ। ਖਾਰੇ ਬਰਨਾਲੇ ਤੋਂ ਨਾਲ ਹੀ ਇਕੱਠੇ ਆਏ ਹੋ? ਹਾਂਜੀ। ਤੁਸੀਂ ਵੀ ਜੀ, ਤੁਸੀਂ ਦੱਸ ਸਕਦੇ ਇਹਦੇ ਬਾਰੇ ਕੁਛ ਬਾਈ ਜੀ? ਠੀਕ ਆ, ਵਧੀਆ ਕੰਮ ਕਰਦਾਗਾ। ਠੀਕ ਹੈ ਜੀ। ਹਾਂ, 13 ਜੀ ਕੰਮ ਨਿਬੇੜਨਾ ਸਾਰਾ, ਵਾਹੀ ਬਹੁਤ ਵਧੀਆ ਕਣਕ ਬੀਜਦਾਗਾ। ਬਾਈ ਜੀ ਕਹਿ ਰਹੇ ਕਿ ਇਹਨਾਂ ਦਾ ਇੱਕ ਖਾਸੀਅਤ ਹੈ ਕਿ ਇੱਕੋ ਵਾਰੀ 'ਚ ਕਾਫੀ ਕੰਮ ਨਿਬੇੜ ਦਿੰਦਾ, ਵਿੱਚ ਵਾਹੁਣ ਦੇ ਵਿੱਚ ਬੀਜਣ ਦੇ, ਔਰ ਕਾਫੀ ਏਰੀਆ ਵੀ ਕਾਫੀ ਵੱਡਾ ਹੁੰਦਾ ਇਹਨਾਂ ਦਾ, 7 ਤੋਂ 8 ਫੁੱਟ ਤੱਕ ਦਾ ਹਿੱਸਾ ਕਾਫੀ ਏਰੀਆ ਲੈ ਜਾਂਦਾ। ਤਾਂ ਆਪਾਂ ਦੇਖਦੇ ਹਾਂ, ਕੁਛ ਕਿਸਾਨ ਆਏ ਨੇ, ਕਿਸਾਨਾਂ ਨਾਲ ਆਪਾਂ ਗੱਲਬਾਤ ਕਰਨਾ ਚਾਹਾਂਗੇ ਇਸ ਲੈਂਡ ਲੇਵਲਿੰਗ ਜੋ ਮਸ਼ੀਨ ਹੈ ਇਸ ਬਾਰੇ, ਅਤੇ ਆਪਣਾ ਐਗਰੀਜ਼ੋਨ ਬਾਰੇ ਤੁਸੀਂ ਇਸ ਬਾਰੇ ਕੁਛ ਦੱਸੋਗੇ ਜੀ? ਤੁਸੀਂ ਚੱਲਦੀ ਦੇਖੀ ਹੋਣੀ, ਜਦ ਅਸੀਂ ਖਰੀਦਣ ਆਏ ਜਾਂ ਅਸੀਂ ਇਸ ਐਗਜੀਬਿਸ਼ਨ 'ਤੇ ਪਹੁੰਚੋ, ਤੁਸੀਂ ਸਾਨੂੰ ਦੱਸੇ ਦਰਸ਼ਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹਾਂਗੇ ਵੀ ਇਸ ਮਸ਼ੀਨ ਵਿੱਚ ਕੀ ਖਾਸੀਅਤ ਹੈ? ਮੈਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦਾ ਸੂਬਾ ਮੀਤ ਪ੍ਰਧਾਨ ਹਾਂ, ਪ੍ਰਸ਼ੋਤ ਸਿੰਘ ਗੱਲ, ਪਿੰਡ ਉਡਸਾ। ਠੀਕ ਆ, ਕੰਪਨੀ ਨਹੀਂ ਮਾੜੀ ਹੈਗੀ ਇਹ, ਅਸੀਂ ਬਹੁਤ ਚੰਗੀ ਕਰਦੇ ਹਾਂ, ਪਰ ਜਿਹੜੀ ਸਾਡੀ ਸਬਸਿਡੀ ਆ ਨਾ ਉਹ 'ਤੇ ਅਸੀਂ ਨਾਰਾਜ਼ ਹਾਂ, ਅਸੀਂ ਸਾਡੀ ਕਿਸਾਨਾਂ ਨੂੰ ਸਿੱਧੀ ਪਵੇ, ਅਸੀਂ ਜਿੰਨੇ ਦੀ ਮਰਜ਼ੀ ਲਈਏ, ਅਸੀਂ ਇਸ ਗੱਲ 'ਤੇ ਸਹਿਮਤ ਹਾਂ ਵੀ ਸਾਨੂੰ ਜਿਹੜੀ ਸਬਸਿਡੀ ਆ ਸਾਡੀ ਸਰਕਾਰ ਦਿੰਦੀ ਆ ਉਹ ਫਰਮਾਂ ਨੂੰ ਨਾ ਦੇਵੇ, ਕਿਸਾਨਾਂ ਨੂੰ ਸਿੱਧੀ ਦੇਵੇ। ਕੰਪਨੀ ਤੁਹਾਡੀ ਬਹੁਤ ਟੋਪਦੀ ਆ, ਕੰਪਨੀ ਦੀ ਕੋਈ ਤਕਲੀਫ਼ ਨਹੀਂ, ਮਸ਼ੀਨ ਬਹੁਤ ਵਧੀਆ ਚੱਲਦੀ ਆ, ਇਹਦੇ ਅਸੀਂ ਧੰਨਵਾਦੀ ਹਾਂ। ਪਰ ਗੱਲ ਤਾਂ ਸਾਨੂੰ ਵੱਡੀ ਤਕਲੀਫ਼ ਆਹੀ ਆ, ਸਰਕਾਰ 'ਤੇ ਰੋਸ ਆ ਵੀ ਸਾਨੂੰ ਸਬਸਿਡੀ ਸਿੱਧੀ ਦਿੱਤੀ ਜਾਵੇ। ਬਾਈ ਸਤਿ ਸ਼੍ਰੀ ਅਕਾਲ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ, ਤੁਹਾਡੇ ਰਾਹੀਂ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜਿਹੜੇ GS ਐਗਰੋ ਵੱਲੋਂ ਐਗਰੀਜ਼ੋਨ ਦੀ ਜੋ ਆਪਣਾ ਸੁਪਰ ਸੀਡਰ ਦੀ ਜੋ ਐਗਜੀਬਿਸ਼ਨ ਲੱਗੀ ਹੈ, ਦੱਸੋ ਸਾਨੂੰ ਕੀ? ਹਾਂਜੀ, ਪਟਿਆਲੇ ਤੋਂ ਬਣਦੇ ਇਹਨਾਂ ਦੀ, ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ। ਅੱਛਾ ਜੀ। ਹਾਂ, ਖੇਤ ਦੇ ਵਿੱਚ ਸਰਵਿਸ ਦਿੰਦੇ ਨੇ ਸਾਰੀ, ਅਤੇ 2 ਸਰਵਿਸਾਂ ਇਹਨਾਂ ਫ੍ਰੀ ਹੈਗੀਆਂ ਨੇ,
ਬਾਕੀ ਬਹੁਤ ਵਧੀਆ ਹੈਗਾ ਜੀ। ਓਕੇ ਓਕੇ ਹਾਂਜੀ। ਤੁਹਾਡਾ ਸ਼ੁਭ ਨਾਮ ਜੀ? ਸੁਖਪਾਲ ਸਿੰਘ ਜੀ। ਸੁਖਪਾਲ ਸਿੰਘ ਕਿੱਥੋਂ ਹੈ ਜੀ? ਅਸੀਂ ਆਕਲੀਆ ਪਿੰਡ ਹੈ ਜੀ। ਆਕਲੀ ਤੋਂ? ਹਾਂਜੀ ਹਾਂਜੀ ਭਾਈ ਜੀ, ਗੱਲਬਾਤ ਦੱਸੋ ਦੇ ਬਾਰੇ ਕੋਈ। ਜੀ ਵੀਰ ਜੀ, ਇੱਥੇ ਪਾਏ ਸੀ ਅੱਜ ਫਾਰਮਰ ਮੇਲਾ ਸੀਗਾ, ਐਗਜੀਬਿਸ਼ਨ ਸੀ। ਹਾਂਜੀ ਹਾਂਜੀ। ਤੇ ਸੋਚਿਆ ਵੀ ਆਪਾਂ ਵੀ ਜਾਈਏ, ਇੱਥੇ ਵੀਰਾਂ ਕੋਲੇ ਖੜੇ ਸੀ ਤਾਂ ਵਧੀਆ ਲੱਗਾ ਐਗਰੀਜ਼ੋਨ ਵਾਲਿਆਂ ਦਾ। ਇਹਨਾਂ ਦੀਆਂ ਜਿਹੜੀਆਂ ਤਿੰਨ ਚਾਰ ਚੀਜ਼ਾਂ ਨੇ ਉਹ ਫਾਰਮਰ ਦੇ ਪੱਖ ਦੇ ਵਿੱਚ ਆ ਨਾ, ਸਪੋਰਟ ਦੇ ਵਿੱਚ ਆ। ਪਹਿਲੇ ਤਾਂ ਇਹ ਹੈ ਜਿਵੇਂ ਇਹਨਾਂ ਦੀ ਸਭ ਤੋਂ ਵਧੀਆ ਗੱਲ ਹੈ, ਕਿਉਂਕਿ ਅੱਜ ਕੱਲ੍ਹ ਜਿਹੜੇ ਪ੍ਰੋਡਕਟ ਦੇ ਨਾਲ ਉਹ ਸਰਵਿਸ ਜ਼ਿਆਦਾ ਅਹਿਮੀਅਤ ਰੱਖਦੀ ਆ ਨਾ, ਤਾਂ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਪੁਆਇੰਟ ਲੱਗਿਆ ਇਹ ਨਾ, ਖੇਤਾਂ ਦੇ ਵਿੱਚ ਜਾ ਕੇ ਸਰਵਿਸ ਦਿੰਦੇ ਆ। ਜੇ ਕੋਈ ਪ੍ਰੋਬਲਮ ਆਉਂਦੀ ਹੈ ਗੇਅਰ ਦੀ ਜਾਂ ਕਿਸੇ ਬੋਕਸ ਦੀ ਹੈ ਨਾ, ਤਾਂ ਵੀ ਇਹ ਖੇਤਾਂ ਦੇ ਵਿੱਚ ਜਾ ਕੇ ਇਹਨਾਂ ਦਾ ਕਹਿਣਾ ਵੀ ਅਸੀਂ ਸਰਵਿਸ ਦਿੰਦੇ ਹਾਂ, ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ ਤੁਹਾਡੇ ਖੇਤ ਦੇ ਵਿੱਚ। ਦੂਜੀ ਗੱਲ ਇਹ ਆ ਵੀ ਜਿਹੜਾ ਹੈਗਾ ਮਤਲਬ 2 ਸਾਲ ਦੀ ਵਾਰੰਟੀ ਦਿੰਦੇ ਆ ਹੈ ਨਾ, ਤਾਂ ਬਾਕੀ ਦੂਜਾ ਇਹ ਆ ਵੀ ਐਗਰੀਜ਼ੋਨ ਆ ਜਿਹੜਾ ਇਹ ਕੋਈ ਦੇਖੀ ਪਰਖੀ ਕੰਪਨੀ ਹੈ, ਕੋਈ ਨੋਰਮਲ ਨਹੀਂ ਜਾਂ ਨਵਾਂ ਨਹੀਂ ਹੈ ਨਾ। ਪਟਿਆਲੇ ਤੋਂ ਆਪਾਂ ਇਹਨਾਂ ਦਾ ਮੈਨੂਫੈਕਚਰਰ ਯੂਨਿਟ ਆ ਜਿਹੜਾ, ਤਾਂ ਵਧੀਆ ਲੱਗਿਆ ਬਾਈਆਂ ਨੂੰ ਮਿਲ ਕੇ। ਆਪਾਂ ਇਹ ਚਾਹੁੰਦੇ ਹਾਂ ਵੀ ਸਾਰੇ ਫਾਰਮਰਾਂ ਨੂੰ ਇਹ 2-3 ਚੀਜ਼ਾਂ ਨੋਟ ਕਰ ਲੈਣੀ ਚਾਹੀਦਾ। ਪਹਿਲਾਂ ਕੰਪਨੀ ਦਾ ਬੇਸ ਕੀ ਆ, ਵੀ ਕੰਪਨੀ ਕਦੋਂ ਦੀ ਚੱਲੀ ਹੈਗੀ। ਦੂਜਾ ਇਹ ਆ ਵੀ ਕੰਪਨੀ ਦੀ ਸਰਵਿਸ ਕੀ ਹੈ, ਕਿ ਤੀਜੀ ਕੰਪਨੀ ਦੀ ਫੈਸਿਲਿਟੀ ਕੀ ਹੈ। ਇਹ ਸਾਰੀਆਂ ਚੀਜ਼ਾਂ ਜੇ ਆਪਾਂ ਮਤਲਬ ਦੇਖਾਂਗੇ, ਦੇਖ ਕੇ ਫਿਰ ਆਪਾਂ ਨੂੰ ਉਹ ਚੀਜ਼ ਦਾ ਜਿਹੜਾ ਆਪਾਂ ਨੂੰ ਪ੍ਰੋਡਕਟ ਲੈਣਾ ਚਾਹੀਦਾ, ਤਾਂ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਨਾ ਆਵੇ। ਕਿਉਂਕਿ ਜਿਹੜਾ ਇਹ ਚੀਜ਼ ਹੁੰਦੀ ਹੈ ਇਹ ਰੋਜ਼ ਰੋਜ਼ ਤਾਂ ਬਣਦੀ ਨਹੀਂ ਹੈ ਨਾ, ਇਹ ਤਾਂ ਹੈ ਨਹੀਂਗਾ ਵੀ ਅੱਜ ਲੈ ਲਈ ਕੱਲ੍ਹ ਨੂੰ ਫਿਰ ਲੈ ਲਈ, ਇਹ ਇੱਕ ਵਾਰ ਜਿਹੜਾ ਸੰਦ ਬਣਿਆ ਤਾਂ ਉਹ ਕਿੰਨੇ ਸਾਲ ਚੱਲਦਾ ਹੈ ਨਾ। ਉਹ ਤਾਂ ਕਰਕੇ ਆਪਾਂ ਇਹ ਕਹਿੰਦੇ ਹਾਂ ਵੀ ਇਹ ਵੀਰਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਤੁਸੀਂ ਵਧੀਆ ਲੋਕਾਂ ਨੂੰ ਜੋ ਤੁਸੀਂ ਇੱਥੇ ਕਹਿ, ਕਿਉਂਕਿ ਅੱਜ ਕੱਲ੍ਹ ਦੇਖਿਆ ਕਿ ਜਾ ਰਿਹਾ ਇੱਕ ਸੇਲ ਦੀ ਪਿੱਚ ਬਣ ਜਾਂਦੀ ਹੈ ਵੀ ਅਸੀਂ ਸਰਵਿਸ ਦਿੰਦੇ ਹਾਂ ਨਾ। ਪਰ ਮੈਂ ਇਹੀ ਚਾਹੂੰਗਾ ਇਹ ਕੰਪਨੀ ਨੂੰ ਵੀ ਬੇਨਤੀ ਕਰੂੰਗਾ ਵੀ ਜੇ ਤੁਸੀਂ ਇੱਥੇ ਫਾਰਮਰ ਮੇਲੇ ਦੇ ਵਿੱਚ ਇਹ ਚੀਜ਼ ਕਹਿ ਰਹੇ ਹੋ ਤਾਂ ਇਹ ਤੁਸੀਂ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਇਹ ਜਾ ਕੇ ਸਰਵਿਸ ਦਿਓ, ਤਾਂ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਲੋਕ ਹੋਰ ਜੁੜ ਸਕਣ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਬਾਈ ਜੀ, ਬਹੁਤ ਵਧੀਆ ਤੁਸੀਂ ਇਹ ਜਾਣਕਾਰੀ ਦਿੱਤੀ ਕਿ ਜੀ ਐਸ ਐਗਰੋ ਦੀ ਜੋ ਸਰਵਿਸ ਹੈ ਬਹੁਤ ਹੀ ਟੌਪ ਹੈ, ਜੋ ਖੇਤਾਂ ਵਿੱਚ ਜਾ ਕੇ ਜੋ ਕਿਸੇ ਵੀ ਪ੍ਰੋਬਲਮ ਨੂੰ ਹੱਲ ਕਰਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।